ਅਤੇ ਮਾਣੂ ਤਾਂਜੇ ਨਾਲੇ ਤੇ ਅਲੈ ਕਿਤਰਾ ਮੰਗਤਾ ਰਹਿ ਕਿਤਰਾ ਅਲੈ ਕਿਤਰਾ ਮਾਣੂ ਤੁਨੇ ਘਰ ਤੇ ਲੰਗਰ ਕਰੇ ਤੁਨੇ ਘਰ ਤੇ ਰੋਟੀ ਖਾਈ ਕਰ ਮੇਰੇ ਪੇਟ ਭਰੇ ਸਾਧੂ ਵਚਨ ਨਾਨੀ ਜੀ ਚਾਰਾਣੇ ਤੋਂ ਬਾਅਦ ਗੁਰੂ ਰਾਮਦਾਸ ਪਾਤਸ਼ਾਹ ਭਾਈ ਜੇਠਾ ਜੀ ਆਇਆ ਗੋਇੰਦਵਾਲ ਸਾਹਿਬ ਗੁਰੂ ਅਰਦਾਸ ਪਾਤਸ਼ਾਹ ਕੀ ਬਾਤ ਸੇ ਔਰ ਤੇ ਵਧੀ ਸੇਵਾ ਕਰੀ ਭਾਈ ਜੇਠਾ ਜੀ ਗੁਰੂ ਰਾਮਦਾਸ ਪਾਤਸ਼ਾਹ ਸਤਿਗੁਰ ਦੇ ਮੱਥੇ ਤੇ ਮਿੱਟੀ ਦੀ ਟੋਕਰੀ ਹੈ ਇਸ ਸਤਿਗੁਰ ਦੇ ਜੀਵਨ ਸੰਗੇ ਇਤਿਹਾਸ ਵਿਚਾਰ ਬਦਲਦਾ ਪਰ ਸਤਿਗੁਰ ਦੇ ਜੀਵਨ ਵਿੱਚ ਨਿਮਰਤਾ ਸੋ ਕਿਤਰੀ ਹੈ ਅੱਜ ਅਸੀਂ ਪਹਿਲੇ ਪਾਣ ਦਾ ਪੁੱਛੂ ਅਸਾਂ ਨੂੰ ਕੋਈ ਖੜਦਾ ਮਿੱਟੀ ਦੀ ਹਰ ਕੋਈ ਪਹਿਲੇ ਪਾਣ ਦਾ ਪੁੱਛੇ ਅਸੀਂ ਖੜਦਾ ਸੀ ਕਿ ਕਪੜਾ ਸੁੱਖਾ ਪਾਤਰ ਜਨ ਆਇਓ ਜੇ ਸਮਾਗਮ ਦੇ ਭਾਈ ਖੜਦਾ ਸੀ ਅਸੀਂ ਮਿੱਟੀ ਦੀ ਟੋਕ ਤੰਦੇ ਅਸਾਂ ਕਪੜਾ ਖਰਾਬ ਥੀ ਕਾਫੀ ਸੰਗਤ ਜੋੜਾ ਘਰ ਦੇ ਸੇਵਾ ਨਾ ਕਰੀ ਯਾਰ ਕਪੜਾ ਖਰਾਬ ਥੀ ਕਾਫੀ ਸੰਗਤ ਝੂਠਾ ਬਰਤਨ ਸਾਫ ਨਾ ਕਰੀ ਜੰਦੇ ਅਸਾਂ ਕਪੜਾ ਖਰਾਬ ਥੀਦਾ ਯਾਨੀ ਅਸਾਂ ਦੇ ਅੰਦਰ ਮਾ ਸੇਵਾ ਦੇ ਸ਼ਰਧਾ ਛੋਣਾ ਹੈ ਅਸਾਂ ਦੇ ਸਤਿਗੁਰ ਦੇ ਜੀਵਨ ਦਾ ਆਏ ਨਿਮਰਤਾ ਸਾਂ ਭਰਨ ਸੇਵਾ ਸਾਂ ਭਰਨ ਸੰਗਤ ਦੀ ਯਾਨੀ ਦਿਲ ਸਾਂ ਸੇਵਾ ਕਰਨ ਸਾਂ ਸਤਿਗੁਰ ਦੇ ਜੀਵਨ ਸੰਗਤ ਹੋ ਅਸੀਂ ਚੋ ਸੇਵਾ ਦੇ ਪੋਏ ਗੁਰੂ ਰਾਮਦਾਸ ਪਾਤਸ਼ਾਹ ਮੱਥੇ ਦੇ ਮਿੱਟੀ ਦੀ ਟੋਕਰੀ ਆ ਕਪੜਾ ਸਜਾ ਕਿਚੜ ਸਾਂ ਭਰਿਆ ਪਿਆ ਕੋ ਵਿਸਵਾਨ ਦੇ ਸੇਵਾ ਕਰਨ ਭਾਈ ਜੀ ਸਤਨਾਮ ਗੁਰੂ ਰਾਮਦਾਸ ਪਾਤਸ਼ਾਹ ਜੋ ਜਰੀ ਵਿਆਜ ਗੁਰੂ ਰਾਮਦਾਸ ਪਾਤਸ਼ਾਹ ਦੀ ਗਿਆਨੀ ਸਾਂ ਮਾਤਾ ਬਾਣੀ ਸਾਂ ਮਾਤਾ ਜੀ ਕਚੇਰੀ ਕੇ ਤੋਂ ਮਿਹਰਬਾਨੀ ਕਰੇ ਸ਼ਾਂਤੀ ਦੇ ਨਾਮ ਰੋਸ਼ਨ ਦੇ ਕੋ ਸਤਨਾਮ ਜੋ ਆਇਆ ਹੋ ਕੀਰਤਨ ਗੁਰਦਰ ਜੇਕਰ ਕੀਰਤਨ ਮੇ ਵਹੀ ਕਰ ਮਿਸੀ ਕਚੇਰੀ ਤੇ ਨੋ ਔਰ ਜੇ ਮਕਸਦ ਰਾਸੀ ਹੋ ਮਕਸਦ ਪੂਰਨ ਤੇ ਕੋ ਯਕੀਨ ਮਨਾਓ ਇਸਾ ਜੋ ਅਚਨ ਅਜਾਇਬ ਬਣਦੀ ਰਹੋ ਹੱਥ ਜੜੇ ਮਾ ਵੇਤੀ ਗਿਆ ਨੂੰ ਥੋੜੀ ਸਮਾਂ ਮਿਹਰਬਾਨੀ ਕਰੇ ਸ਼ਾਂਤੀ ਦੇ ਨਾਮ ਰੋਸ਼ਨ ਸੋ ਕੁਝ ਮਰਿਆ ਨਾ ਹੋਏ ਕੋਈ ਪਾਸ ਸਭ ਕੇ ਫੋਲੋ ਕਰਨ ਜੋ ਸਤਨਾਮ 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 ਸੋ ਗੁਰੂ ਰਾਮਦਾਸ ਪਾਤਸ਼ਾਹ ਦੇ ਗੁਰੂ ਰਾਮਦਾਸ ਪਾਤਸ਼ਾਹ ਔਰ ਵਿਆਹ ਤੋਂ ਬਾਅਦ ਰਿਸ਼ਤੇਦਾਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮਿਲਣ ਆਇਆ ਤਾਂ ਸਤਿਗੁਰ ਦੇ ਮੱਥੇ ਦੇ ਮਿੱਟੀ ਦੀ ਟੋਕਰੀ ਦਿਸੀ ਕਰੇ ਰਿਸ਼ਤੇਦਾਰ ਗੁਰੂ ਰਾਮਦਾਸ ਪਾਤਸ਼ਾਹ ਦੇ ਚੇਲੇ ਕਿ ਸਤਿਗੁਰੂ ਤਵੀ ਸੂਝਵਾਨ ਹੋ ਤਾਂ ਸਿਆਣਾ ਹੋ ਪਰ ਕੇਰ ਪੰਜੇ ਜਮਾਈ ਦਾ ਪੰਜੇ ਨਿਆਣੇ ਦਾ ਪੰਜੇ ਘਰ ਦੀ ਸੇਵਾ ਕਰੇ ਕਿ ਜੇਠੋ ਅਸਾਂ ਦੇ ਤਾਂ ਦੇ ਘਰ ਤੋਂ ਨਿਆਣਾ ਔਰ ਤਾਂ ਦੇ ਘਰ ਦੇ ਮਿੱਟੀ ਦੀ ਟੋਕਰੀ ਭਰਟੋ ਕਪੜਾ ਮੇਲਾ ਪਿਆ ਦਿਸ ਇਹ ਸਾਂ ਜੋ ਜੇਠੋ ਦਾ ਆਏ ਹੈ ਭਾਗੋ ਰੱਟੀ ਉਮਰ ਮੇ ਮਾਤਾ ਪਿਤਾ ਹਰਿਆ ਵਿਸ ਥੋੜੀ ਉਮਰ ਬਾਹਰ ਨਾਨੀ ਹਨੀ ਲਈ ਔਰ ਹਾਂ ਤਵੀ ਦੇ ਪੰਜੇ ਘਰ ਨੂੰ ਨਿਆਣਾ ਬਣਾਇਆ ਤਾਂ ਤਵੀ ਉਮਰੀ ਯਾਨੀ ਪੰਜੇ ਘਰ ਦੀ ਸੇਵਾ ਕਰਾਇਆ ਮਥੇ ਦੀ ਮਿੱਟੀ ਦੀ ਟੋਕਰੀ ਉਸ ਕਪੜਾ ਵੀ ਸਾਫ ਨਹੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਹੋ ਕਿ ਜੇ ਮਿੱਟੀ ਦੀ ਟੋਕਰੀ ਹੈ ਤਾਂ ਮਿੱਟੀ ਦੀ ਟੋਕਰੀ ਹੈ ਮਿੱਟੀ ਦੀ ਛੱਤ ਚੜਾ ਜੇਕਰ ਸਾਨੀ ਨਜ਼ਰ ਨੂੰ ਸਰਸਤੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਛੱਤ ਹੈ ਤਾਂ ਚਾਹਦਾ ਕਿ ਸਨ ਜੇਠੋ ਆਇਆ ਭਾਗੋ ਮਿੱਥਰਵਾ ਦੁਨੀਆ ਮੇ ਕੋਈ ਏੜੋ ਭਗਤੀ ਨੋ ਲਖੀ ਦੀ ਗੁਰਾ ਮਾਨੁ ਲਖੀ ਮੰਗਤਾ ਇਹਨੇ ਜੇ ਦਰ ਤੇ ਅਰਦਾਸ਼ ਕਰੇ ਗੁਰੂ ਜੀ ਘਰੋਂ ਤੱਕ ਤਵੀਨ ਗੇ ਭਾਗੋ ਚਲਨਾ ਦੁਨੀਆ ਮੇ ਏੜੋ ਕੋਈ ਭਗਤੀ ਨੋ ਲਖੀ ਮਾਨੁ ਜੀ ਦੇ ਦਰ ਤੇ ਅਚੀ ਕਰੇ ਲੰਗਰ ਖਾਈ ਪੰਜ ਪੇਟ ਭਰੇ
ਤਨੀ ਚੋਗਾ ਕੇ ਲੋੜ ਚੰਗਾ ਕਪੜਾ ਲੈ ਦੁਨੀਆ ਨਾ ਇਹੋ ਭਗਤੀ ਨੋ ਜੇ ਕੇ ਕਪੜਾ ਇਨੇ ਜੇ ਦਰ ਤੇ ਪਉਣਾ ਜੇ ਕੇ ਰੁਮਾਲ ਨੇ ਦਰ ਤੇ ਪਉਣਾ ਦੁਨੀਆ ਨੇ ਕੀ ਦਰ ਔਰ ਇਹੀ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਗੋਲਡਨ ਟੈਂਪਲ ਹਰਿਮੰਦਰ ਸਾਹਿਬ ਦੁਨੀਆ ਜੋ ਸਭ ਖਾਂ ਵਜੇ ਨੂੰ ਨੰਬਰ ਉੱਤੇ ਹੈ ਦੇ ਦੁਨੀਆ ਜੋ ਸਭ ਖਾਂ ਵਜੇ ਦਰਬਾਰ ਸਾਹਿਬ ਅੰਮ੍ਰਿਤਸਰ ਹਰਿਮੰਦਰ ਸਾਹਿਬ ਜੇ ਕੇ ਰੁਮਾਲ ਸਾਹਿਬ ਚੜ੍ਹਨ ਦਾ ਸਾਹਿਬ ਨੇ ਮਥੋਂ ਚੰਦੋ ਸਾਹਿਬ ਇਹਨਾਂ ਦੀ ਕੀਮਤ ਲੱਖੇ ਰੁਪਇਆ ਹੈ ਲੱਖੇ ਰੁਪਇਆ ਇਹਨਾਂ ਦੀ ਕੀਮਤ ਆ ਔਰ ਜੇ ਅਸਾਂ ਨੂੰ ਕਿ ਸੇਵਾ ਕਰਨੀ ਜੇ ਅਸਾਂ ਆਮ ਚਾਹੇ ਆਪਣੀ ਸੁਣੀ ਸ਼ਰਧਾ ਮਾ ਸੇਵਾ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਮੇ ਹਰਿਮੰਦਰ ਸਾਹਿਬ ਆਓ ਕਿ ਭੇਟਾ ਮਰਮਾ ਸਾਹਿਬ ਤਾਂ ਜੇ ਦਵਾ ਹੀਰ ਕੇ ਇਹ ਤੇ ਕਿ ਗ੍ਰੰਥੀ ਕੇ ਕਿ ਚਾਹੇ ਤੇ ਨਾ ਫੋਨ ਗਿਆ ਨਾ ਜੇ ਕਹਾਂ ਕਿ ਭਾਈ ਸਾਹਿਬ ਨੂੰ ਵੀ ਸ਼ਰਧਾ ਹੈ ਕਿ ਮਾ ਸਾਹਿਬ ਦਰਬਾਰ ਸਾਹਿਬ ਦੀ ਸੇਵਾ ਕੇ ਤਾਂ ਅੱਜ ਆਉਂ ਫੋਨ ਕਰਨਸ ਮਦੀ ਯਾਨੀ ਮੁੰਡੋ ਮਾਰੋ ਲਗਭਗ ਸਾਲ ਦਾ ਬਾਅਦ ਯਾਨੀ ਤੇ ਸਾਲ ਪਹਿਲਾਂ ਦੀ ਬੁਕਿੰਗ ਹੁੰਦੀ ਕਿ ਅੱਜ ਲੰਗਰ ਦੀ ਸੇਵਾ ਸੀ ਕਰਨਾ ਸੀ ਅੱਜ ਸਾਹਿਬ ਜੀ ਰੁਮਾਲ ਸਾਹਿਬ ਦੇ ਕੇ ਚੜਨਾ ਰੁਮਾਲ ਸਾਹਿਬ ਦੀ ਸੇਵਾ ਸੀ ਕਰਨਾ ਸੀ ਸਾਲ ਪਹਿਲਾਂ ਦੀ ਬੁਕਿੰਗ ਕਰਨੀ ਹੈ ਜੇ ਰੁਮਾਲ ਸਾਹਿਬ ਦੀ ਕੀਮਤ ਆ ਲੱਖੀ ਹੈ ਔਰ ਦਰਬਾਰ ਸਾਹਿਬ ਦੇ ਸਰਗੇ ਸਤਿਗੁਰੂ ਦੀ ਬਾਣੀ ਨੂੰ ਸ਼ਬਦਾਂ ਡਿੱਠੇ ਸਭੇ ਥਾਮ ਨਹੀਂ ਤੁਤ ਜੇਹਿਆ ਥਾਮ ਨਹੀਂ ਤੁਤ ਜੇਹਿਆ ਸਤਿਗੁਰੂ ਫਰਮਾਨ ਕਰਦਾ ਸਤਿਗੁਰੂ ਨਾ ਥਾਂ ਤੇ ਕੋੜ ਸਾਰੇ ਚੁੱਪਰ ਤੋ ਜਿਹੜੇ ਦਰ ਜਿਹੜੋ ਕੋਈ ਦਰ ਨਹੀਂ ਸਤਿਗੁਰੂ ਨੇ ਉਸ ਕੇ ਕਰੇ ਨਾ ਇਹ ਕੋਈ ਤੇ ਸੋਨ ਲਗਾ ਅਸੀਂ ਸੁਣਿਆ ਨਾ ਕੋੜ ਤੇ ਮਨ ਸੋਨ ਲਗਾ ਇਸ ਸੋਨ ਦੇ ਕਰੇ ਸਤਿਗੁਰੂ ਨੂੰ ਪੁੱਛਿਆ ਵੀ ਡਿੱਠੇ ਸਭੇ ਥਾਮ ਨਹੀਂ ਤੁਤ ਜੇਹਿਆ ਸੋਨ ਦਾ ਹਾਣ ਲਗਾ ਪਰ ਸਤਿਗੁਰੂ ਪੰਕਤੀ ਹਰੋ ਉਚਾਰਨ ਗਈ ਇਹ ਪੰਕਤੀ ਉਹਨੇ ਜਲਾਏ ਕਿ ਪੰਕਤੀ ਸੋਨੇ ਰਹਿ ਨਾ ਇਸੋ ਨੰਕਾਣਾ ਸਾਹਿਬ ਹੈ ਨੰਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਕਰਤਾਰ ਸਾਹਿਬ ਗੁਰੂ ਨਾਨਕ ਸਾਹਿਬ ਦੇ ਜੋਤੀ ਦਾ ਸਥਾਨ ਪੰਜਾ ਸਾਹਿਬ ਆ ਗਿਆ ਜਾਮ ਗੁਰਦਾਰਾ ਪਰ ਦਰਬਾਰ ਸਾਹਿਬ ਦੇ ਸਦਰ ਨੇ ਡਿੱਠੇ ਸਭੇ ਥਾਮ ਨਹੀਂ ਤੁਸੀਂ ਜਿਹਨੇ ਜਿਹਾ ਇਹਦੀ ਬਾਣੀ ਜੋ ਪ੍ਰਕਾਸ਼ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਔਰ ਬਾਣੀ ਚਾਹੇ ਗੁਰਬਾਣੀ ਇਸ ਜਗ ਮੇ ਚਾਨਣ ਕਰਮ ਵਸੇ ਮਨਾ ਹੈ ਸਤਿਗੁਰੂ ਫਰਮਾਨ ਕਰਦਾ ਹੈ ਬਾਣੀ ਗੁਰੂ ਦੀ ਬਾਣੀ ਅਸਾਂ ਜਿਹੜਾ ਚਾਨਣਾ ਹੈ ਭਾਈ ਸੰਸਾਰ ਹੈ ਔਰ ਇਹ ਚਾਨਣਾ ਹੈ ਗੁਰਬਾਣੀ ਵੀ ਹਰ